ਗੁਰਦਾਸਪੁਰ ਦੇ ਇਤਿਹਾਸਿਕ ਪਿੰਡ ਕਲਾਨੌਰ ਦੇ ਨੌਜਵਾਨ ਜਿਨ੍ਹਾਂ ਨੇ ਕਸਬੇ ਦੇ ਸਟੇਡੀਅਮ 'ਚ ਮੀਂਹ ਦੇ ਪਾਣੀ ਨੂੰ ਬਚਾਉਣ ਲਈ ਰੇਨ ਵਾਟਰ ਹਾਈ ਵੇਸਟਿੰਗ ਟ੍ਰੀਟਮੈਂਟ ਪਲਾਂਟ ਲਗਾਇਆ ਹੈ। ਨੌਜਵਾਨਾਂ ਨੇ ਦੱਸਿਆ ਕਿ ਪਹਿਲਾਂ ਬੋਰ ਕਰਕੇ ਕੱਚਾ ਕੋਲਾ ਅਤੇ ਫਿਲਟਰ ਪਾਈਪਾਂ ਪਾਈਆਂ ਗਈਆਂ ਹਨ ਅਤੇ ਫਿਰ 3 ਵੱਖ-ਵੱਖ ਪਰਤਾਂ ਜ਼ਰੀਏ ਪਾਣੀ ਸਾਫ਼ ਹੋ ਕੇ ਧਰਤੀ ਹੇਠ ਜਾਂਦਾ ਹੈ। ਇਸ ਪ੍ਰੋਜੈਕਟ ਉੱਪਰ ਕਰੀਬ 60,000 ਰੁਪਏ ਦਾ ਖਰਚ ਆਇਆ ਹੈ ਜਿਸ ਸਦਕਾ ਪਾਣੀ ਦੇ ਡਿੱਗਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ। ਉਹਨਾਂ ਦੱਸਿਆ ਕਿ ਪਹਿਲਾਂ ਮੀਂਹ ਦਾ ਪਾਣੀ ਸਟੇਡੀਅਮ 'ਚ ਜਮ੍ਹਾਂ ਹੋ ਜਾਂਦਾ ਸੀ ਜਿਸ ਕਾਰਨ ਖਿਡਾਰੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਅਸੀਂ ਇੱਥੇ ਆਪਣੇ ਗਰਾਊਂਡ 'ਚ ਸਵੇਰੇ ਸ਼ਾਮ ਸੈਰ ਸੂਰ ਕਰਨ ਆਉਂਦੇ ਸੀ ਅਤੇ ਇਹ ਸੜਕ ਉੱਚੀ ਹੋਣ ਕਰਕੇ ਇਹ ਜਿਹੜਾ ਪਾਣੀ ਦਾ ਨਿਕਾਸ ਹੀ ਕੋਈ ਨਹੀਂ ਸੀ ਅਤੇ ਪਾਣੀ ਦੀ ਵੇਸਟੇਜ ਬਹੁਤ ਹੋਣ ਡਈ ਸੀ। ਇਹ ਕਰਕੇ ਅਸੀਂ ਇਹ ਸੋਚਿਆ ਵੀ ਇਹਦਾ ਕੋਈ ਹੱਲ ਹੋਣਾ ਚਾਹੀਦਾ। ਟੀਮ ਮੈਂਬਰ ਇਹਨਾਂ ਨਾਲ ਸਲਾਹ ਕੀਤੀ ਵੀ ਇਹਨੂੰ ਜਿਹੜਾ ਵਾ ਕੋਈ ਐਸਾ ਸਿਸਟਮ ਬਣਾਇਆ ਜਿਹੜਾ ਵੀ ਪਾਣੀ ਦੀ ਵੇਸਟੇਜ ਨਾ ਹੋਏ ਅਤੇ ਇੱਕ ਜਿਹੜੇ ਬੱਚਿਆਂ ਦੀ ਗਰਾਊਂਡ ਆ ਉਹ ਨਾ ਖਰਾਬ ਹੋਏ ਕਿਉਂਕਿ ਅੱਗੇ ਜਦੋਂ ਬਾਰਿਸ਼ ਆਉਂਦੀ ਸੀ ਅਤੇ ਕਾਫੀ 10-10-15 ਦਿਨ ਭਰ ਜਾਂਦਾ ਸੀ ਅਤੇ ਕੋਈ ਪਾਣੀ ਦਾ ਨਿਕਾਸ ਨਹੀਂ ਇਹਦਾ ਜਾਣ ਦਾ ਬਾਹਰ। ਹੁਣ ਇਹਨੂੰ ਇਹ ਇਸ ਹਿਸਾਬ ਨਾਲ ਲਵਾ ਦਿੱਤਾ ਵੀ ਜਿਹੜਾ ਇਹ ਪਾਣੀ ਦੀ ਬਰਬਾਦੀ ਵੀ ਨਾ ਹੋਏ ਅਤੇ ਪਾਣੀ ਦੀ ਜਿਹੜੀ ਆ ਬੱਚਤ ਵੀ ਹੋਏ। ਪਰ 60,000 ਲੱਗਦਾ ਹੀ ਹੈ ਇਸ ਦੀ। ਇਸ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨਾਂ ਵੱਲੋਂ ਉਹਨਾਂ ਨੂੰ ਇਸ ਪ੍ਰੋਜੈਕਟ ਸੰਬੰਧੀ ਜਾਣੂ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਰੇਨ ਵਾਟਰ ਹਾਈ ਵੇਸਟਿੰਗ ਟ੍ਰੀਟਮੈਂਟ ਪਲਾਂਟ ਲਗਾਉਣ ਦੀ ਪ੍ਰਵਾਨਗੀ ਵੀ ਦਿੱਤੀ ਸੀ ਅਤੇ ਹੁਣ ਹੋਰਾਂ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਵੀ ਇਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਮੀਂਹ ਦਾ ਜਿਹੜਾ ਪਾਣੀ ਸੀਗਾ ਉਹ ਸਾਰਾ ਇਕੱਠਾ ਹੋ ਜਾਂਦਾ ਸੀਗਾ, ਉਹਨਾਂ ਨੂੰ ਖੇਡਣ ਦੇ ਵਿੱਚ ਬਹੁਤ ਦਿੱਕਤ ਆ ਰਹੀ ਸੀ। ਉਹਨਾਂ ਨੇ ਮੌਕਾ ਦਿਖਵਾਇਆ, ਉਹਨਾਂ ਨੇ ਇਹ ਦੱਸਿਆ ਗਿਆ ਕਿ ਅਸੀਂ ਉੱਥੇ ਆਹ ਪ੍ਰੋਜੈਕਟ ਜਿਹੜਾ ਲਗਾਉਣਾ ਚਾਹੁੰਦੇ ਹਾਂ ਅਤੇ ਸਾਨੂੰ ਇਹਦੀ ਪ੍ਰਵਾਨਗੀ ਜਿਹੜੀ ਹੈ ਇਹਦਾ ਜੇਕਰ ਤੁਹਾਡਾ ਸਹਿਯੋਗ ਹੋਵੇ ਤਾਂ ਅਸੀਂ ਉੱਥੇ ਲਾਈਏ। ਉਹਨਾਂ ਨੇ ਆਪਣਾ ਪੂਰੀ ਤਨਮਨ ਦੇ ਨਾਲ ਜਿਹੜਾ ਸੀ ਇਸ ਰੀਚਾਰਜ ਵਾਟਰ ਰੀਚਾਰਜ ਜਿਹੜਾ ਸੀ ਇਹਨਾਂ ਨੂੰ ਸਿਸਟਮ ਉੱਥੇ ਉਹਨਾਂ ਨੇ ਬਣਵਾਇਆ, ਉਹ ਬਹੁਤ ਹੀ ਵਧੀਆ ਤਾਂ ਕਿ ਜਿਹੜਾ ਮੀਂਹ ਜਾਂ ਪਾਣੀ ਹੈ ਉਹ ਸਾਰਾ ਜਿਹੜਾ ਧਰਤੀ ਦੇ ਜਿਹੜਾ ਹੇਠਲਾ ਪੱਧਰ 'ਤੇ ਜਿਹੜਾ ਸਾਡਾ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਉਹ ਮੀਂਹ ਦਾ ਪਾਣੀ ਜਿਹੜਾ ਉਹ ਸਾਰਾ ਇਕੱਠਾ ਹੋ ਕੇ ਜਿਹੜਾ ਉਹ ਉਸ ਸਿਸਟਮ ਦੇ ਵਿੱਚ ਜਿਹੜਾ ਸਾਫ਼ ਹੋ ਕੇ ਹੁੰਦਾ ਉਹ ਜਾਂਦਾ। ਪਾਣੀ ਦੀ ਸੰਭਾਲ ਲਈ ਨੌਜਵਾਨਾਂ ਵੱਲੋਂ ਕੀਤੇ ਉਪਰਾਲੇ ਸਦਕਾ ਜਿੱਥੇ ਡਿੱਗਦੇ ਜਾ ਰਹੇ ਪਾਣੀ ਦਾ ਪੱਧਰ ਉੱਚਾ ਹੋਵੇਗਾ ਉੱਥੇ ਹੀ ਇਹ ਪ੍ਰੋਜੈਕਟ ਹੋਰਨਾਂ ਲਈ ਵੀ ਰਾਹ ਦਸੇਰਾ ਸਾਬਿਤ ਹੋਵੇਗਾ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੇ ਨਾਲ ਇੰਡੀਆ ਨਿਊਜ਼ ਪੰਜਾਬ।